ਅੱਜ ਯਾਰ ਤੇਰੇ ਬਾਰੇ ਨੂੰ ਮੇਰਾ ਗਲਾ ਬਣ ਗਿਆ। ਅੱਜ ਮੇਰੇ ਪਾਸ ਮੇਰੇ ਬਹੁਤ ਹੀ ਪਿਆਰੇ, ਤੁਹਾਡੇ ਸਾਰਿਆਂ ਦੇ ਪਿਆਰੇ ਨੀਟੂ ਸ਼ਟਰਾਂ ਵਾਲੇ ਜੀ, ਜਿਹੜੇ ਮੇਰੇ ਮੁਕਾਬਲੇ 'ਚ ਇਲੈਕਸ਼ਨ ਲੜ ਰਹੇ, ਉਹ ਆਏ ਹੈ। ਮੈਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ। ਮੈਂ ਅੱਜ ਵੀ ਰੱਬ ਰੱਬ ਕਰਕੇ ਇਲੈਕਸ਼ਨ ਕੱਢਿਆ ਪੂਰਾ, ਅਤੇ ਮੈਨੂੰ ਐਂ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲੈ ਜਾਣੀਆਂ ਮੇਰੇ ਤੋਂ ਅੱਗੇ ਜਾਣਗੇ, ਪਰ ਅੱਜ ਇਹ ਮੇਰੇ ਪਾਸ ਆ ਗਏ। ਇਹ ਕਹਿੰਦੇ ਵੀ ਜੇ ਮੈਂ ਜਿੱਤ ਵੀ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇ ਦਾਂ। ਮੈਂ ਦੇਖੋ ਜੀ, ਹਾਰ ਜਿੱਤ ਤਾਂ ਰੱਬ ਦੀ ਹੈਗੀ ਆ ਪੱਲੇ, ਔਰ ਰੱਬ ਆਪਣੇ ਕੋਲ ਹਰਾ ਜਿੱਤਾ। ਸਭ ਤੋਂ ਪਹਿਲਾਂ ਮੈਂ ਕਹੂੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ, ਜੈ ਭਗਤ, ਜੈ ਭਗਵਾਨ ਵਾਹਿਗੁਰੂ, ਜੈ ਗੁਰੂ ਰਵਿਦਾਸ, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ, ਹਾਲਾਂ ਲੁਈਆ ਗੌਸਵਾ ਖੁਸ਼ਾਂ ਦੇ ਵੱਲੋਂ ਪੜਾ, ਸਭ ਨੂੰ ਖੁਸ਼ ਰੱਖਿਆ, ਤੂੰ ਹੀ ਨਮਕਾਰ, ਮੈਂ ਤੇਰੀ ਸ਼ਾਨ, ਮੈਨੂੰ ਬਖਸ਼ ਲਓ, ਜਕਾਰਾ ਮਾਂ ਚਿੰਤਪੁਰੀ ਦਾ। ਦੇਖੋ ਜੀ, ਅਸੀਂ ਮੰਨਣ ਵਾਲੇ ਬੰਦੇ ਹਾਂ ਅਤੇ ਸਾਨੂੰ ਨਹੀਂ ਪਤਾ ਵੀ ਗਲਤ ਕੀ ਹੈ ਸਹੀ ਕੀ ਹੈ, ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਏ, ਇਲੈਕਸ਼ਨ ਹੋ ਗਏ, ਸਾਰਾ ਕੁਝ ਹੋ ਗਿਆ ਸੀਗਾ, ਅਤੇ ਅੱਜ ਆਪਾਂ ਇਕੱਠੇ ਬੈਠੇ, ਮੇਰਾ ਬੜਾ ਰੂਹ ਕਰਦੀ ਸੀ ਭਾਅ ਜੀ ਨੂੰ ਮਿਲਣ ਵਾਸਤੇ, ਪਰ ਇਹ ਜਦੋਂ ਸੀਐਮ ਬਣੇ ਸੀ ਭਾਅ ਜੀ, ਉਸ ਤੋਂ ਬਾਅਦ ਯਾਰ ਮੈਂ ਮਿਲ ਕੇ ਆਉਣਾ ਭਾਈ, ਪਰ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ। ਹੁਣ ਅੱਜ ਇਲੈਕਸ਼ਨ ਨਿਬੜ ਗਿਆ, ਸਾਰਾ ਕੁਝ ਨਿਬੜ ਗਿਆ, ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ 'ਤੇ ਆ, ਅਸੀਂ ਇਨਸਾਨ ਆਪਣੀ ਜਗ੍ਹਾ, ਪਹਿਲਾਂ ਆਪਾਂ ਇਨਸਾਨ ਆ ਜੀ, ਇਲੈਕਸ਼ਨ ਤੋਂ ਬਾਅਦ ਦੀਆਂ ਗੱਲਾਂ, ਕਿਉਂਕਿ ਜੇ ਕਿਸੇ ਦੁੱਖ ਦਰਦ ਨਹੀਂ ਬਣਾਇਆ ਤਾਂ ਉਹਦਾ ਫਾਇਦਾ ਕੋਈ ਨਹੀਂ, ਅਤੇ ਕਿਉਂਕਿ ਹੁਣ ਮੈਂ ਅੱਜ ਪ੍ਰਣ ਕੀਤਾ ਵੀ ਮੈਂ ਇਲੈਕਸ਼ਨ ਨਹੀਂ ਲੜੂੰਗਾ, ਅਤੇ ਮੈਂ ਸਾਰਾ ਸਾਨੂੰ ਪਹਿਲਾਂ ਵੀ ਕਹਿਤਾ ਅਤੇ ਹੁਣ ਵੀ ਕਹਿਤਾ। ਮੇਰੇ ਘਰ ਦੇ ਬੜੇ ਹੈਰਾਨ ਹੋ ਗਏ ਯਾਰ, ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ, ਦਿਨੇ ਨਹੀਂ ਸੌਂਦਾ ਸੀਗਾ, ਉਹ ਕਹਿੰਦਾ ਇਲੈਕਸ਼ਨ ਇਲੈਕਸ਼ਨ, ਰਾਤ ਨੂੰ ਪੋਸਟਰ ਲਾਉਣਾ ਆਪ ਚੱਲ ਜਾਂਦਾ ਸੀਗਾ, ਬੰਦਾ ਨਹੀਂ ਲੈਂਦਾ ਸੀਗਾ ਕੋਈ, ਆ ਪ੍ਰਚਾਰ ਕਰਨਾ ਆਪ ਚੱਲ ਜਾਂਦਾ ਸੀਗਾ, ਕਿ ਅੱਜ ਉਹ ਬੰਦਾ ਕਹਿੰਦਾ ਮੈਂ ਨਹੀਂ ਲੜਨਾ ਯਾਰ, ਬੜੀ ਉਹ ਮੇਰੇ ਘਰਦਿਆਂ ਨੂੰ ਗੱਲ ਹਜ਼ਮ ਨਹੀਂ ਹੋ ਰਹੀ, ਉਹ ਕਹਿੰਦੇ ਵੀ ਤੇਰੀ ਚਾਲ ਹੋ ਗਈ, ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਇਹਦੇ ਵਿੱਚ, ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਵੀ, ਮੈਂ ਕਿਹਾ ਵੀ ਮੈਂ ਹਾਰ ਗਿਆ, ਮੈਂ ਥੱਕ ਗਿਆ, ਹੁਣ ਨਹੀਂ ਕਰੂੰਗਾ ਸਰ, ਅਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ ਕਾਰੋਬਾਰ ਦੇਖਾਂਗੇ, ਜਾਂ ਕੋਈ ਨਵਾਂ ਸ਼ਟਰਾਂ ਦਾ ਫਿਰ ਇੱਕ ਹੋਰ ਕਾਰੋਬਾਰ ਮੈਂ ਉਹ ਖੋਲ੍ਹਾਂਗਾ, ਉਹਦੇ ਵਿੱਚ ਲੋਕਾਂ ਸਾਹਮਣੇ ਆਊਂਗਾ, ਜਾਂ ਆਪਣੇ ਫਿਲਮੀ ਗਾਣਿਆਂ ਦੇ ਵਿੱਚ, ਜਾਂ ਇੱਕ ਮੇਰਾ ਨਵਾਂ ਗਾਣਾ ਆ ਰਿਹਾ ਉਹ ਪੁਰਾਣਾ ਛੇਤੀ ਲਾਉਣ ਚਾਹੁੰਦਾ ਜੀ, ਮੈਂ ਹੁਣ ਮੈਂ ਇਹਦਾ ਪਾਸੇ ਦਾ ਦਿਮਾਗ 'ਚ ਨਿਕਲ ਜਾਵੇ ਬਸ, ਵੀ ਇਸ ਪਿੱਛਾ ਛੁੱਟ ਜਾਵੇ, ਉਸ ਤੋਂ ਬਾਅਦ ਮੈਂ ਕੁਛ ਹੋਰ ਕਰਾਂਗਾ ਜੀ ਜ਼ਿੰਦਗੀ ਦੇ ਵਿੱਚ, ਜੇ ਤੁਹਾਡਾ ਹੁਕਮ ਹੋਵੇ ਤਾਂ ਗਾਣਾ ਸੁਣਾਵਾਂ। ਐਸ ਮੈਸ ਸਭ ਹੋ ਗਏ, ਅੱਡੇ ਬਣ ਗਏ ਬਾਰਡਰ ਤੇ, ਉਹ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਰਡਰ ਤੇ, ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਥਿਆਰੇ ਤੋਂ, ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕੰਵਾਰੇ ਤੋਂ, ਵੇਖ ਭਗਤ ਸਿੰਘ ਆ ਕੇ ਟੈਂਦੇ ਕਿਲੇ ਉਮੀਦਾਂ ਦੇ, ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ, ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ, ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ, ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ ਸੋਡੇ ਖਾਰੇ ਤੋਂ, ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕੰਵਾਰੇ ਤੋਂ, ਆ ਕੁਰਸੀ ਦੀ ਭੁੱਖ ਨੇ ਕੀਤਾ, ਆ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ, ਜਿੱਧਰ ਦੇਖਾਂ ਉਂਦਰ ਹੁੰਦੀ ਤੱਕੇ ਛਾਈਏ, ਹੀਰ ਸੇਫ ਨਹੀਂ ਜਾਂਦੀ ਮਿੱਤਰਾ, ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ, ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕੰਵਾਰੇ ਤੋਂ, ਵੇਖ ਭਗਤ ਸਿੰਘ ਅੱਜ ਦੀ ਸੋਚ ਚੰਨੀ ਸਾਹਿਬ ਦੀ ਆ ਜੀ, ਪਰ ਚੰਨੀ ਸਾਹਿਬ ਜਿੱਦਾਂ ਦੇ ਕੰਮ ਕਰਦੇ ਆ ਜੀ, ਸਾਡੇ ਇੱਦਾਂ ਦੇ ਨੁਮਾਇੰਦੇ ਅੱਗੇ ਜਾਣ ਚਾਹੀਦੇ ਆ, ਅਤੇ ਕਿਉਂਕਿ ਜਿੱਧਰ ਵੀ ਜਾਂਦਾ ਸੀ ਮੈਨੂੰ ਇੱਕ ਆਵਾਜ਼ ਆਉਂਦੀ ਚੰਨੀ ਸਾਹਿਬ ਜਿੱਦਣ,
ਸ਼ੀਤਲ ਕਰਾਰ ਪਰ ਗਏ ਇਹਦੇ ਬਿਲਕੁਲ ਮੁਕਾਬਲੇ ਵਿਚ ਨੀ ਹੈ ਔਰ ਹੋ ਸਕਦਾ ਹੋ ਨੀ ਸਕਦਾ ਪੱਕਾ ਇਹਦੀਆਂ ਵੋਟਾਂ ਵੱਧ ਨਿਕਲਣੀਆਂ ਸਿਰਫ ਮੇਰੀ ਇਹਨੇ ਵੋਟ ਵਧਾਉਣੀ ਹੈ ਹੋਰ ਕਿਸੇ ਦੀ ਨਹੀਂ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੇਰੇ ਕੋਲ ਅੱਜ ਹੀ ਪੈਸੇ ਮੰਗਣ ਲੱਗ ਮੈਂ ਕਿਹਾ ਅਸੀਂ ਤਾਂ ਨਾਲ ਆ ਜਿਹੜੇ 13 ਬੰਦੇ ਤੂੰ ਖੜੇ ਕੀਤੇ ਉਹਨਾਂ ਦੇ ਕਦਰ ਦੇ ਮੈਂ ਕਿਹਾ ਜਿੱਤਣ ਦੇ ਹਾਰਨ ਦੇ ਉਹਨਾਂ ਦੀ ਕਿਉਂ ਮੈਂ ਹੁਣ ਕਿਸੇ ਨਾਲ ਨੀ ਖੜਾ ਸਭ ਤੁਹਾਡੇ ਆਪਣੇ ਆਪਣੇ ਸਟੈਂਡ ਲੈ ਲਓ ਤੁਸੀਂ ਜੋਧਿਆ ਦਾ ਸਟੈਂਡ ਲੈ ਇੱਕ ਸਾਈਕਲ ਦਾ ਸਟੈਂਡ ਦਾ ਮੈਂ ਕਿਹਾ ਤੁਹਾਡਾ ਵੀ ਸਟੈਂਡ ਹੋਣਾ ਚਾਹੀਦਾ ਤੁਸੀਂ ਆਪਣਾ ਦੇਖੋ ਮੈਂ ਆਪਣਾ ਦੇਖੋ ਕਿਉਂਕਿ ਅੱਜ ਨਾ ਬਹੁਤ ਵੱਡੀ ਇੱਕ ਗੱਲ ਹੋ ਗਈ ਇੱਕ ਜਿਹੜੀ ਸੁਪਨੇ ਜੇ ਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦੇਣਗੇ ਆਪਾਂ ਕਦੀ ਯਕੀਨ ਨੀ ਮੰਨਿਆ ਜਿਹੜੇ ਆਪਣੇ ਬੰਦੇ ਜਦੋਂ ਧੋਖਾ ਦੇਣਾ ਬੰਦਾ ਬਾਹਰ ਨਾਲ ਲੜਾਈ ਕਰ ਲੈਂਦਾ ਜਦੋਂ ਆਪਣੇ ਗਦਾਰ ਹੋ ਜਾਣ ਜਦੋਂ ਆਪਣੇ ਧੋਖੇ ਕਹਿੰਦੇ ਘਰ ਦਾ ਭੇਤੀ ਲੰਕਾ ਢਾਵੇ ਸਾਡੇ ਘਰ ਦਾ ਬੰਦਾ ਲੰਕਾ ਢਾਂਡਿਆ ਅਤੇ ਮੈਨੂੰ ਪਤਾ ਨਹੀਂ ਮੈਂ ਕਹਾਂ ਯਾਰ ਅੱਜ ਤੋਂ ਬਾਅਦ ਖਤਮ ਕਿਹਦੇ ਵਾਸਤੇ ਕਰ ਰਹੇ ਸੀਗੇ ਜਿਹਨਾਂ ਵਾਸਤੇ ਅਸੀਂ ਸੋਚ ਕਰ ਰਹੇ ਸੀ ਉਹਨਾਂ ਵਾਸਤੇ ਖੋਜ ਕਰ ਰਹੇ ਸੀ ਘਰ ਵਾਲੀ ਪਰ ਤੁਹਾਨੂੰ ਇਹ ਗੱਲ ਕਹਿੰਦੇ ਅੰਮ੍ਰਿਤਸਰ ਜੋ ਖੜੀ ਕੀਤੀ ਸੀ ਵਾਰਾਣਸੀ ਮੈਂ ਖੜਾ ਹੋ ਗਿਆ ਮੇਰਾ ਮੇਨ ਮੁਕਾਬਲਾ ਸੀ ਤਾਂ ਮੋਦੀ ਦਾ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਜਵਾਨਾਂ ਵਾਸਤੇ ਡਰਾਈਵਰਾਂ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਮੈਂ ਵਾਰਾਣਸੀ ਫਾਈਨ ਭਰਨ ਗਿਆ ਤੇ ਉੱਥੇ ਕੀ ਹੋਇਆ ਮੇਰੇ ਨਾਲ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਉਹਨੇ ਪਿਓ ਦੇ ਪੁੱਤ ਨੇ ਰੈਲੀ ਕਰ ਦਿੱਤੀ ਕਚਹਿਰੀ ਦੇ ਮੂਹਰੇ ਉਹਨਾਂ ਨੇ ਬੰਦਾ ਨਹੀਂ ਫੜ ਕੇ ਮੰਗਲਵਾਰ ਦਾ ਪੈਰ ਭਰਨ ਆ ਗਿਆ 4 ਦਿਨ ਕਹਿੰਦੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਊਗਾ ਜਦੋਂ ਫੈਲ ਜਾਵਾਂ ਖਿਲਾਵਾਂਗੇ ਅਸੀਂ ਫੈਲ ਲੈ ਕੇ ਮੈਂ ਤੇ ਮੇਰਾ ਵਕੀਲ ਤੇ 10 ਬੰਦੇ ਬਾਹਰ ਖੜੇ ਹਾਂ ਚਲੋ ਇੱਥੇ ਤਾਂ ਸਿਸਟਮ ਕੁਛ ਹੋਰ ਆ ਉੱਥੇ ਦਾ ਜੀ ਇੱਕ ਬੰਦਾ ਜਾ ਕੇ 13 ਰੁਪਏ ਜਮ੍ਹਾਂ ਕਰਾਏਗਾ ਬੈਂਕ 'ਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰਪੋਜ਼ਲ ਮੰਨੇ ਜਾਊਗੀ ਸਾਰੇ ਕੰਮ ਕਰਨ ਤੋਂ ਬਾਅਦ ਵੀ ਇੰਨੇ ਪੈਸੇ ਖਰਾਬ ਕੀਤੇ ਮੈਂ ਯਾਰ ਮੈਂ ਕਿਹਾ ਯਾਰ ਬਹੁਤ ਗਲਤੀ ਹੋਈ ਅੱਜ ਏਡਾ ਵੱਡਾ ਨਹੀਂ ਰਿਸਕ ਲੈਣਾ ਸੀਗਾ ਬਹੁਤ ਛੋਟਾ ਜਿਹਾ ਰਿਸਕ ਲੈ ਸੀ ਪਰ ਜ਼ਿੰਦਗੀ ਦਾ ਏਡਾ ਵੱਡਾ ਰਿਸਕ ਲੈਣ ਤੋਂ ਬਾਅਦ ਵੀ ਇੱਕ ਜ਼ਿੰਦਗੀ ਤੋਂ ਸਮਝ ਮਿਲ ਗਈ ਆ ਵੀ ਹੁਣ ਨਹੀਂ ਲੈਣੀ ਆਪਾਂ ਤਾਂ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਦੇਖੋ ਜੀ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰਕਸ਼ਾ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨੂੰ ਮੰਨਦਾ ਤੇ ਸਾਡੇ ਬਾਬਾ ਸਾਹਿਬ ਦਾ ਸਾਡੇ ਮਾਂ ਬਾਪ ਸਾਡੀ ਅੱਖਾਂ ਨੇ
ਸਾਡੇ ਵਾਲਮੀਕ ਸਮਾਜ, ਗੁਰੂ ਰਵਿਦਾਸ ਸਮਾਜ, ਮਹਾਸ਼ਾ ਸਮਾਜ, ਸਾਡੇ ਕਬੀਰ ਸਮਾਜ, ਸਾਰੇ ਸਮਾਜ ਇਕੱਠੇ ਹੋਏ ਤੇ ਕਿਸੇ ਨੇ ਵੀ ਸਾਡਾ ਜੋ ਕੀਤਾ। ਮੈਂ ਜਿੱਦਾਂ ਚੁੱਕ ਆ ਗਿਆ ਸੀਗਾ, ਮੈਂ ਆਪਣਾ ਪੂਰਾ 1.5-2 ਲੱਖ ਰੁਪਇਆ ਇਕੱਠਾ ਕਰਕੇ ਉੱਥੇ ਚੱਲ ਗਿਆ, ਸਾਰਾ ਤਿਆਰੀ ਤਿਉਰੀ ਕਰਕੇ ਪੂਰੀ ਪਲੈਨਿੰਗ ਨਾਲ। ਪਰ ਮੈਨੂੰ ਨਹੀਂ ਪਤਾ ਸੀ ਕਿ ਗੇਮ ਕੁਛ ਹੋਰ ਹੋ ਜਾਣੀ ਹੈ, ਕਿਉਂਕਿ ਸਾਰਾ ਗੇਮ ਹੀ ਬੰਦ ਹੋ ਗਈ। ਮੈਂ ਉਹਨਾਂ 'ਤੇ ਗੱਲਾਂ ਕੀ ਕਰਾਂ, ਸਾਰੇ ਲੋਕ ਬਾਹਰ 200 ਬੰਦਾ ਫਾਈਲ ਲੈ ਕੇ ਬਾਹਰ ਖੜਾ ਸੀਗਾ ਅਤੇ ਮੈਂ ਵੀ ਖੜਾ ਸੀਗਾ, ਤਾਂ ਪਰ ਲੇਕਿਨ ਨਹੀਂ ਗੱਲ ਬਣੀ। ਚਲੋ ਪਰਮਾਤਮਾ ਰੱਬ ਸਭ ਨੂੰ ਰਾਈ ਰੱਖੇ, ਔਰ ਤੁਹਾਨੂੰ ਚੰਨੀ ਜੀ ਅਸੀਂ ਫਿਰ ਦੁਆ ਕਰਾਂਗੇ ਰੱਬ ਤੋਂ, ਅਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ, ਔਰ ਸੋਨੀਆ ਗਾਂਧੀ ਜੀ ਅਤੇ ਅਰਦਾਸ ਕਰਾਂਗੇ, ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ, ਰੱਬ ਦੇ ਕੇ ਅਰਦਾਸ ਕਰਾਂਗੇ, ਔਰ ਸੋਨੀਆ ਗਾਂਧੀ ਜੀ ਨੂੰ ਕਹਾਂਗੇ, ਰਾਹੁਲ ਗਾਂਧੀ ਜੀ ਨੂੰ ਕਹਾਂਗੇ ਵੀ ਸਾਡੇ ਸੀਐਮ ਸਾਹਿਬ ਫਿਰ ਦੁਆ ਕਰਾਂਗੇ। ਅਤੇ ਜਿਹਨਾਂ ਨੇ ਇੱਕ ਗੱਲ ਕੀਤੀ ਸੀ ਕਿ ਘਰ ਘਰ ਉੱਠੀ ਗੱਲ, ਚੰਨੀ ਸਾਹਿਬ ਕਰਨਗੇ ਮਸਲੇ ਹੱਲ।